असमेकुम बिरा क्या हाल है थोड़ा सरखी जबान एक दूजी वीडियो गिन के हाजिर थी गए हैं मेरे को मोहम्मद रमज़ान ना का एक मरीज है जी मैं वीडियो बना के हमने तो कुखा भी हाँ बड़ी पी है मेरे को शुगर तो मरीज है समीने के इलाके का है वो आखिर लगे कि मैं बह के जल्दे उठा वाशरूम दिमाग को चक्कर है मैं थले ठह प ਮੈਂ ਆਉਂਦੇ ਵੱਲ ਬਿਟਿਵਰ ਬਣਈਏ ਤੇ ਬਲਬੋ ਖਿਆਲ ਹੈ ਕਿ ਇਹ ਇੱਕ ਆਮ ਬਿਮਾਰੀ ਹੈ ਸਿਰ ਦਾ ਚੱਕਰਾਵਣ ਬੜੇ ਲੋਕ ਆ ਕੇ ਕਲੀਨਿਕ ਤੇ ਸ਼ਿਕਾਇਤ ਕਰਨ ਕਿ ਡਾਕਟਰ ਸਾਹਿਬ ਬਹਿ ਕੇ ਜਦ ਉੱਠਦੇ ਨੇ ਚੱਕਰ ਆਉਂਦਾ ਤੇ ਮੈਂ ਕਿ ਮੈਂ ਭਰਾਵਾਂ ਨੂੰ ਥੋੜੇ ਆਗਾਹ ਕਰ ਲਵਾਂ ਇਹਦੇ ਨਾਲ ਯਕੀਨ ਕਰੋ ਕਿ ਬੜੇ ਅੰਬਾਤ ਵੀ ਠੀਕ ਹੈ ਆ ਰਮਜ਼ਾਂ ਖਦਾ ਸਾਹਿਬ ਆ ਕੀ ਤਕਲੀਫ ਹੈ ਬਸ ਤਕਲੀਫ ਹੀ ਹੈ ਸਰ ਸਰ ਜ਼ੋਰ ਜ਼ੋਰ ਦਾ ਹਾਂ ਪਿਸ਼ਾਬ ਬੈਠਿਆ ਤੇ ਬਾਅਦ ਤੋਂ ਵੀ ਪਿਸ਼ਾਬ ਅੱਖੇ ਦਾ ਗੁਨੀਲ ਵਟੇ ਚੰਦੇ ਢਾਈ ਪਰ ਕਿਤੇ ਵਜ ਦਾ ਟਾਈਮ ਹੈ ਇਹ ਹਾਂ ਪੌਣੇ 5 ਦਾ ਟਾਈਮ ਹੈ ਅੱਛਾ ਜੀ ਤੇ ਜਦੋਂ ਜਰੇ ਗਏ ਬਾਥਰੂਮ ਉੱਤੇ ਬੈਠੇ ਜੀ ਬਾਥਰੂਮ ਬੈਠੇ ਹੈ ਬਾਲਤ ਵਿੱਚ ਉੱਠਦੇਵੇਂ ਢਾਈ ਪਰ ਹਮ ਮਕਮਲ बेहोश ਤੇ ਕਿਹਾ ਮਕਮਲ ਹੀ ਮੈਂ 5-4 ਮਿੰਟ ਹੋਸ਼ ਨਹੀਂ ਆਇਆ ਪਿੱਛੇ ਬਲਾ ਹੋਇਆ ਉੱਠਿਆ ਕੋਈ ਆਇਆ ਹੈ ਬਲਾ ਤਾਂ ਕੋਈ ਨਾ ਕੋਈ ਨਾ ਆਪੇ ਆਪਣੀ ਮਰਜ਼ੀ ਉੱਠਿਆ షుగర్ కడనే ది హంది పీ షుగర్ కు తక్రీబన్ 53 సాల్ తే దవాయ్ బఖైద హని యా చోడే దవాయ్ తో బఖైద కు లఖందే సవేర్ లందే ਠੀਕ ਠੀਕ ਦੇਦੇ ਹੁਣੇ ਗੱਲ ਕਰਦੇ ਤੁਸੀਂ ਵੀ ਸੁਣਿਆ ਹੂ ਫਲਾਣਾ ਬੰਦਾ ਰਾਤ ਦੇ 3 ਵਜੇ ਦਿਲ ਦਾ ਦੌਰਾ ਪੈ ਗਿਆ ਅਕਸਰ ਦਿਲ ਦੇ ਦੌਰੇ యా ਫਾਲਜ ਰਾਤ ਦੇ 3 ਵਜੇ 4 ਵਜੇ ਕਿਉਂ ਥੇਨ ਵੱਡੇ ਵੇਲੇ ਦੇਖੋ ਜੇ ਲਿਆ ਸੋਤੇ ਮੈਂ ਹੈ ਨਾ ਸਾਰਾ ਬਲੱਡ ਪ੍ਰੈਸ਼ਰ ਉంగ ਲੱਲੇ ਨਾਲੀ ਦੇ ਵੇਸੇ ਸਿੱਧਾ ਹੈ ਜੇ ਲਿਆ ਸ ਉਠਦੇ ਹੈ ਸਾਦਾ ਸਾਰਾ ਖੂਨ ਆਉ ਦਿੱਤ ਲੇ ਲੱਤਿਆਂ ਦੇ ਵਿੱਚ ਦਿਮਾਗ ਤੇ ਬੰਦੇ ਖਾਲੀ ਉਹ ਖਾਲੀ ਦਿਮਾਗ ਵਿੱਚ ਚਕਰਾਇ ਤੇ ਬੰਦਾ ਠਹਿ ਪਿਆ ਅਗਰ ਸਾਡੇ ਖੂਨ ਦੇ ਨਾਲੇ ਵਿੱਚ ਲਚਕ ਹੋਵੇ ਔਰ ਸਾਡਾ ਦਿਲ ਸਹੀ ਕੰਮ ਕਰੇ ਔਰ ਸਾਡੇ ਗੁਰਦੇ ਸਹੀ ਕੰਮ ਕਰਨ ਤਾਂ ਸਾਡੇ ਦਿਮਾਗ ਤੋ ਖੂਨ ਪੂਰਾ ਵਸੀ ਪਿਆ ਮਜ਼ੀਦ ਮੈਂ ਤੋ ਕੋਈ ਸਮਝੇਦਾ ਕਿ ਸਾਡੇ ਜਿਹੜੇ ਗੁਰਦੇ ਨੇ ਇਨੇ ਗੁਰਦੇ ਦੇ ਉੱਤੇ ਅੱਲਾ ਨੇ ਢੂ ਛੋਟੇ ਛੋਟੇ ਗਦੂਦ ਬਣਾਏ ਹੋਏ ਜਿਨਨ ਕੋ ਐਡਰੇਨਲ ਗਲੈਂਡ ਆਦਿ ਇਨ ਦਾ ਕੰਮ ਇਹ ਹੈ ਕਿ ਇਹ ਇੱਕ ਐਸਾ ਹਾਰਮੋਨ ਹਾਰਜ ਕਰੇ ਹਨ ਜਨ ਨਾਲ ਹੋਂ ਦੇ ਨਾਲੀਆਂ ਸੁਕੜਦਨ ਔਰ ਬਲੱਡ ਸਾਡੇ ਦਿਮਾਗ ਕੋ ਪਹੁੰਚਦੇ ਅਗਰ ਕਈ ਵਜ੍ਹਾ ਕੋ ਜਿਵੇਂ ਕਿ ਰਮਜ਼ਾਨ ਖਾਨੇ ਇਕੋ ਹੀ ਸ਼ੂਗਰ ਸ਼ੂਗਰ ਤੇ ਤਵੱਜੂ ਕਰਨਾ ਕਹਿ ਨਹੀਂ ਸ਼ੂਗਰ ਦੇਉ ਐਡਰੇਨਲ ਦੇ ਉੱਤੇ ਅਸਰ ਘਟੇ ਔਰ ਸਹੀ ਕੰਮ ਨਹੀਂ ਕਰੰਦੇ ਪਏ ਇਹ ਬੰਦਾ ਜਲ ਬਹਿ ਕੇ ਉੱਠਦੇ ਉਹ ਐਡਰੇਨਲ ਕੰਮ ਨਹੀਂ ਕਰੰਦੇ ਐਡਰੇਨਲਿਨ ਨਹੀਂ ਨਿਕਲਦੀ ਖੂਨ ਦੇ ਨਾਲੀਆਂ ਸਹੀ ਵਕਤ ਉਤੇ ਦਿਮਾਗ ਕੋ ਨਹੀਂ ਪਹੁੰਚਦੀਆਂ जैदी वजह कोई चक्रें की बीमारी है तो लिहाजा ये मेरी तो को नसीहत है दो चार मैं तो नसीहत कर तो अमल करो तो चक्रें की बीमारी को महफूज रासो नंबर एक रात को जल्द सुत पे भी अगर तो को पेशाब पे तर बजे का टाइम चार बजे का टाइम है तुस कदें भी उठे के बिस्तर को ले द्रोक न पा करो उठे के पहले लत्ता लड़का के बैठे रहो अद मिनट एक मिनट सुन्नती भीम यह फरमाया कि डू कोल सूरत अखलास पढ़न जितना वक्फा ਕੀਤਾ ਕਰੋ ਸੁੱਤੇ ਮੈਂ ਉੱਠੇ ਕੇ ਟੋਰਨ ਦੇ ਵਿੱਚ ਔਰ ਬਿਹਤਰੀਨ ਉਹਦੇ ਅੰਦਰ ਬੜਾ ਫਲਸਫਾ ਹੈ ਕਿ ਉਹਦਾ ਫਾਇਦਾ ਇਹ ਥੀਨੇ ਕਿ ਖੂਨ ਔਰ ਬਾਡੀ ਜ਼ਰਾ ਐਡਾਪਟ ਕਰਵੇਂ ਦੀ ਹੈ ਇਹਦੇ ਬਾਅਦ ਜੱਲੇ ਤੁਸੀਂ ਵਾਸ਼ਰੂਮ ਬਹੁ ਅਸਤੰਜਾ ਕਰਕੇ ਜੱਲੇ ਉਠੋ ਉੱਠੇ ਕੇ ਜ਼ਰਾ ਪੰਜੇ ਤੇ ਬਰ ਖੜੇ ਠੀਕਰ ਖੁਰਿਆਂ ਚਾਹ ਕਰ ਖੁਰਿਆਂ ਉੱਚਾ ਕਰ ਖੜੋ ਪੰਜੇ ਤੇ ਉੱਤੇ ਖੜ ਗਿਆ ਕਰੋ ਕਿ 1 ਮਿੰਟ ਵਾਸਤੇ ਉਹਦਾ ਨਤੀਜਾ ਨਿਕਲ ਸਕੇ ਤੋੜੇ ਜਿਹੜੇ ਪਿੰਨੇ ਦੇ ਮਸਲ ਉਹ ਘੁੱਟੀ ਸਨ ਔਰ ਦਿਮਾਗ ਦਾ ਖੂਨ ਚੰਗਾ ਵੇਸੀ ਇਹ ਛੋਟੇ ਗਲੇ ਨਿਵੇ ਜਾਨ ਬਚਾਉਣ ਵਾਲੇ ਗਾਲੀ ਨਿਵੇ ਅੜੀ ਤਵਜੋ ਨਾਲ ਸੁਣਾਇਆ ਇਹ ਕੰਮ ਕਰਿਆ ਸੋ ਅਗਲੇ ਨੰਬਰ ਤੇ ਇਹ ਕਿ ਆਇਂਦਾ ਕੋਈ ਇੰਜਾ ਕੰਮ ਹੋਵੇ ਕਿ ਜੰਦ ਨਾਲੇ ਚੱਕਰ ਆਵਨ ਵੀ ਨਾ ਉਹਦਾ ਮਸਲਿਆ ਦਾ ਇਹ ਹਾਲ ਹੈ ਕਿ ਅਗਰ ਤੁਹਾ ਕੋਈ 슈ਗਰ ਤੇ ਮਿਹਰਬਾਨੀ ਕਰੋ ਆਪਣੇ ਡਾਕਟਰ ਨਾਲ ਮੁਤਵਾਦਰ ਰਿਪਤਾ ਰੱਖੋ 슈ਗਰ ਕੋ ਬਿਹਤਰੀਨ ਕੰਟਰੋਲ ਕਰੋ ਬਲੱਡ ਪ੍ਰੈਸ਼ਰ ਦੇ ਦਵਾਈਆਂ ਜਿਵੇਂ ਡਾਕਟਰ ਲਿਖੇ ਉਹ ਤੋਂ ਸਭ ਵਕਤ ਤੇ ਖਾਵਣ ਇੱਕ ਬਿਮਾਰੀ ਹੁੰਦੀ ਹੈ ਥਾਇਰਾਇਡ ਦੀ ਕਿਲਰ ਦੀ ਬਿਮਾਰੀ ਗਿਲਰ ਸਦਨ ਥਾਇਰਾਇਡ ਇਹ ਕਿਹਾ ਦੂਤ ਹੁੰਦੇ ਤੋਰੇ ਚ ਬਹੁਤ سارے ਲੋਕਾਂ ਕੋਈ ਹੋਸੀ ਔਰ ਡਾਕਟਰ ਦੇ ਦਿੱਤੇ ਵੇ ਦਵਾਈਆਂ ਖਾਉਂਦੇ ਪਾਉਂਦੇ ਅਗਰ ਬੰਦਾ ਹਾਈਪੋਥਾਇਰਾਇਡ ਹੈ ਜੇ ਯਾਨੀ ਉਹ ਥਾਇਰਾਇਡ ਉਹਨਾਂ ਕੰਮ ਨਹੀਂ ਪੈ ਕਰੇਂਦਾ ਉਹਦੀ ਵਜ੍ਹਾ ਕੋਲ ਐਡਰੀਨਲਸ ਵੀ ਕੰਮ ਥੋੜਾ ਕਰੇ ਸਨ ਔਰ ਉਹ ਕੋਈ ਦੌਰਾਨ ਸਰ ਜਾਂ ਵਰਟੀਕੋ ਦੀ ਬਿਮਾਰੀ ਹੋਸੀ ਲਿਹਾਜ਼ਾ ਉਹ ਥਾਇਰਾਇਡ ਦੀ ਦਵਾਈਆਂ ਕੋ ਤੁਸੀਂ ਬਹੁਤ ਬਕਾਇਦਾ ਨਾਲ ਖਾਉਣੇ ਵੀ ਜ਼ਰੂਰੀ ਗੱਲ ਹੈ ਕਿ ਟੈਨਸ਼ਨ ਮੈਂਸ਼ਨ ਨਾ ਕੀਤੀ ਕਰੋ ਹਾਲਾਤ ਹਨ ਤੇ ਇਹ ਵੇ ਜੇ ਮੁਲਕ ਦੇ ਵੀ ਬੰਦੇ ਦੇ ਵੀ ਮਹਿੰਗਾਈ ਜਾਨ ਕੱਢੀ ਵੰਦੀ ਹੈ ਅਖਣ ਦੇ ਹੱਦ ਤੱਕ ਅਸੀਂ ਆਦੇ ਤੈ ਲੈ ਪਰ ਪਤਾ ਹੈ ਆਪਣੇ ਵਸਜ ਕਹਿੰਦੇ ਲੇਕਿਨ ਜਿੰਨਾ ਹੱਦ ਤੱਕ ਕੀ ਸਕੇ ਜਰਾ ਟੈਨਸ਼ਨ ਕੋਲ ਬਚੋ ਅੱਜ ਕੱਲ ਦਿਹਾੜ ਇੱਕ ਵੀ ਬਿਮਾਰੀ ਹੈ ਦਿਹਾੜ ਚੀ ਬੱਚੇ ਔਰ ਵੱਡੇ ਰਾਤੇ ਕੋ ਹੇਕ-ਹੇਕ ਵੇ ਤੱਕ ਮੋਬਾਈਲ ਖੇਡਦੇ ਪੈ ਇਹ ਬਹੁਤ ਗਲਤ ਗੱਲ ਹੈ ਮੋਬਾਈਲ ਧਿਆਨ ਜਰਿਆ ਨੀ ਲੇ ਨਹੀਂ ਲੈ ਸ਼ੋਅ ਆਵਾਂ ਨਹੀਂ ਨੀਲੀ ਰੋਸ਼ਨੀ ਸਦਨਨ ਇਹ ਦਿਮਾਗੇ ਐਸਪ੍ਰੈਸੋ ਟੈਂਸ਼ਨ ਪਾਇਦਾ ਕਰੇਗੀ। ਇਤਨਾ ਜ਼ਿਆਦਾ ਮੋਬਾਈਲ ਨਾ ਡਾਟਾ ਕਰੋ। ਬਲਾ ਇਹ ਹੈ ਕਿ ਰਾਤ ਨੂੰ 8 ਘੰਟੇ ਦੀ ਨੀਂਦਰ ਤੋਂ ਸਹਾਸੁਰਤ ਪੂਰੀ ਕਰਨੀ ਹੈ। ਔਰ ਇਹਨੇ ਸਾਰੇ ਕੁਲ ਜ਼ਰੂਰੀ ਕਾਜ ਜਿਹੜੇ ਹੁਣ ਮੈਂ ਤੱਕਲੇ ਸਹਿਣਾ ਪਿਆ। ਉਹ ਇਹ ਹੈ ਕਿ ਸਵੇਰੇ ਉੱਠੇ ਕੇ ਤੁਸੀਂ ਅੱਧਾ ਮੋਨਾ ਘੰਟਾ ਵਾਕ ਕਰਨੀ। ਕਿਉਂਕਿ ਉਹ ਜਰੀ ਇਪਤਦਾਈ ਸੂਰਜ ਦੀ ਹਲਕੀ ਪਿੰਕ ਰੋਸ਼ਨੀ ਹੁੰਦੀ ਹੈ। ਉਹ ਵਿਟਾਮਿਨ ਡੀ ਵੀ ਬਣੰਦੀ ਏ ਤੇ ਉਹਦੇ ਜਰੇ ਇਨਫਰਾ ਰੈਡਿਕ ਸ਼ੋਮ ਆਉਂਦਨ ਤੱਕ ਗਾਲ ਲੀ ਸਮਝਣਾ ਹੌਸੀਲੇ ਕਰਨ ਮੁਕਤ ਸਰੀਰ ਕਿ ਉਹਦੇ ਜਰੇ ਇਨਫਰਾ ਰੈਡ ਸ਼ੋਮ ਆ ਸੂਰਜ ਤੇ ਨਿਕਲਦਨ ਉਹਦੇ ਨਾਲ ਤੁਹਾਡੇ ਵਜੂਦ ਦੇ ਵਜਿ ਤੁਹਾਡੇ ਜਸਮ ਦੇ ਵਿੱਚ ਮੈਲਟ ਉਹਨੇ ਇੱਕ ਚੀਜ਼ ਹੁੰਦੀ ਏ ਉਹ ਬਣਦੀ ਏ ਔਰ ਉਹਦੇ ਨਾਲ ਤੁਹਾਡਾ ਜਸਮ ਔਰ ਤੁਹਾਡਾ ਹੋਂ ਔਰ ਤੁਹਾਡਾ ਬ੍ਰੇਨ ਤੁਹਾਡੀਆਂ ਹੱਡੀਆਂ ਬਿਹਤਰ ਰੱਖੇ ਕਰਦਾ ਇੱਕ ਤਰ੍ਹਾਂ ਦੀ ਇਸ ਜ਼ਿੰਦਗੀ ਬਖਸ਼ੇ ਤੋ ਨਮੀ ਜ਼ਿੰਦਗੀ ਮਿਲਦੀ ਇਹਨਾਂ ਨੂੰ ਚਾ ਚੀਜ਼ਾਂ ਤੇ ਅਮਲ ਕਰੋ ਇਨਸ਼ਾਅੱਲਾ ਇਹ ਚੱਕਰ ਦੀ ਬਿਮਾਰੀ ਕੋਲੋ ਮਹਿਫੂਜ਼ ਰਾਸੂ ਤੇ ਆਖਰੀ ਗੱਲ ਛੇਕੜੀ ਗੱਲ ਮੇਰੀ ਇਹ ਹੈ ਕਿ ਚਾਹ ਦਾ ਇਸਤੇਮਾਲ ਤੁਸੀਂ ਲੋਕ ਬਹੁਤ ਜ਼ਿਆਦਾ ਕਰਿਆ ਲੇਓ ਕਹੀਂ ਦਿਹਾਤ ਵਿੱਚ ਪਹੁੰਚ ਗਏ ਨਾ ਕਹੀਂ ਕਲੋ ਪਹੁੰਚ ਗਏ ਨਾ ਉੱਠਣ ਸੇ ਪਹਿਲਾ ਕੰਮ ਤੁਹਾਡਾ ਹੀ ਹੈ ਅੱਖ ਖੁੱਲਦੀ ਬਾਦੇ ਚ ਪਹਿਲੇ ਚਾਹ ਦਾ ਕੱਪ ਲਓ ਨੇਹ ਦੇ ਹੱਥੋਂ ਚਾਹ ਪੀਂਦੇ ਹੋਏ ਇਹ ਜਿਹੜਾ ਮਿੱਠਾ ਵਿੱਚ ਦਬ ਕੇ ਇਹਦੇ ਬਾਅਦ ਸਾਰਾ ਦਿ ਉਹ ਚਾਹ ਚੰਦ ਪੀਏ ਚਾਹ ਸਾਰਾ ਦਿ ਚਾਹ ਆਉਂਦੇ ਵੇ ਦੇ ਚਾਹ ਆਉਂਦੇ ਵੇ ਦੇ ਚਾਹ ਅਗੇ ਦਿਹਾਤ ਤੇ ਪਹਿਚਾਨ ਹੁੰਦੀ ਵੇ ਜਿਹਾ ਲੱਸੀ ਪੇਸ਼ ਕੀਤੀ ਜਾਂਦੀ ਮੱਖਣ ਢੇ ਹੁੰਦਾ ਔਰ ਗੰਦੇ ਕੋਲ ਗੰਦੇ ਤੇ ਹੱਥ ਉੱਥਾ ਵੀ ਚਾਹ ਦੇ ਬਰਤਨ ਹਾਜ਼ਰ ਚਾਹ ਜ਼ਰੂਰ ਪੀਓ ਸਹੀ ਪੀਂਦੇ ਹੈ ਇੱਕ ਕੱਪ ਦੋ ਕੱਪ ਠੀਕ ਹੈ ਲੇਕਿਨ 5 5 6 6 7 7 ਕੱਪ ਜਰਾ ਪੀਵਣ ਦਾ ਰਿਵਾਜ ਹੈ ਨਾ ਇਹ ਤੁਹਾਡੇ ਐਡਰੇਨਲ ਗਲੈਂਡ ਦੇ ਉੱਤੇ ਇੱਕ ਨਾਜਾਇਜ਼ ਕਿਸਮ ਦਾ ਇੱਕ ਦਬਾਅ ਹੁੰਦੇ ਇਹਦੇ ਨਾਲ ਥੱਕ ਵੈਦਨ ਔਰ ਚੱਕਰ ਦੀ ਬਿਮਾਰੀ ਲੱਗਦੀ ਹੈ لہذا ਅਜ ਆਖਰੀ ਗੱਲ ਇਹ ਚਾਹ ਦਾ ਇਸਤੇਮਾਲ ਕਰਾ ਮ hạnਦ ਰੱਖੋ ਉਮੀਦ ਹੈ ਬਰਾਦਰੋ ਤੁਹਾਨੂੰ ਗੱਲ ਸਮਝ ਆ ਗਈ ਹੋਸੀ ਬੜੀ ਮਿਹਰਬਾਨੀ ਇਹ ਮੇਰੀ ਵੀਡੀਓ ਨੂੰ ਜਿੱਥੇ ਸਬਕਤਾ ਨੂੰ ਤੋ ਫੈਲਾਓ ਕਈ ਇਨਸਾਨ ਦਾ ਫਾਇਦਾ ਥੀਵੇ ਸੀ ਸ਼ੁਕਰੀਆ ਅੱਲਾ ਹਾਫਿਜ਼